ਸ਼੍ਰੀਕਾਲ ਦਰਸ਼ਕੋ, ਆਪਣਾ ਵਿਰਸਾ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਖਬਰਸਾਰ ਵਿੱਚ। ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਹੈਡਲਾਈਨਸ ਤੇ। ਜਮਾ ਮਸਜਿਦ ਇਲਾਕੇ 'ਚ ਲੁਕੇ ਹਨ 3 ਅੱਤਵਾਦੀ, ਰਾਜਧਾਨੀ 'ਚ ਹਾਈ ਅਲਰਟ। ਸ਼ੀਆ ਬੋਰਡ ਦੇ ਚੀਫ ਰਿਜਵੀ ਨੂੰ ਦਾਊਦ ਦੀ ਧਮਕੀ, ਮੌਲਾਨਾ ਤੋਂ ਮੰਗਣ ਮਾਫੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਵਿਸ਼ਵ ਦੇ ਤੀਸਰੇ ਪਸੰਦੀਦਾ ਨੇਤਾ ਹੋਣ ਦਾ ਸਨਮਾਨ। ਪਾਕ ਨੇ ਫਿਰ ਭਾਰਤ ਨੂੰ ਦਿੱਤੀ ਪਰਮਾਣੂ ਹਮਲੇ ਦੀ ਧਮਕੀ। ਵੈਸ਼ਨੋ ਦੇਵੀ ਭਵਨ 'ਚ ਅੱਜ ਖੁੱਲਣਗੇ ਕੁਦਰਤੀ ਗੁਫਾ ਦੇ ਗੇਟ। ਕੈਪਟਨ ਨੇ ਕਿਸਾਨਾਂ ਦਾ 90,000 ਕਰੋੜ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਰੱਦ ਕੀਤੀ। ਪ੍ਰਦੂਸ਼ਣ ਲਈ ਅਸੀਂ ਖੁਦ ਜ਼ਿੰਮੇਵਾਰ, 3 ਦਹਾਕਿਆਂ 'ਚ ਵੱਧ ਜਾਵੇਗਾ ਖਤਰਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਦਿੱਲੀ ਵਿੱਚ ਗਣਤੰਤਰ ਦਿਵਸ ਤੇ ਵੱਡਾ ਅੱਤਵਾਦੀ ਹਮਲਾ ਹੋਣ ਦੀ ਸਾਜ਼ਿਸ਼ ਦਾ ਪਤਾ ਲੱਗਾ ਹੈ। ਜੀ ਹਾਂ, ਸੁਰੱਖਿਆ ਏਜੰਸੀਆਂ ਨੂੰ ਜਾਮਾ ਮਸਜਿਦ ਇਲਾਕੇ 'ਚ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਹੈ। ਦਿੱਲੀ ਪੁਲਿਸ ਨੇ ਰਾਜਧਾਨੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖੁਫੀਆ ਏਜੰਸੀਆਂ ਨੇ ਇੱਕ ਕਾਲ ਇੰਟਰਸੈਪਟ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੂੰ ਇਨਪੁਟ ਭੇਜਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਦਿੱਲੀ ਦੇ ਜਾਮਾ ਮਸਜਿਦ ਇਲਾਕੇ 'ਚ 3 ਸ਼ੱਕੀ ਲੋਕ ਲੁਕੇ ਹੋਏ ਹਨ। ਇਹ ਤਿੰਨੋਂ 26 ਜਨਵਰੀ ਨੂੰ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ। ਇੰਟੈਲੀਜੈਂਸ ਇਨਪੁਟ ਦੇ ਮੁਤਾਬਕ ਜਾਮਾ ਮਸਜਿਦ ਇਲਾਕੇ 'ਚ ਲੁਕੇ 3 ਸ਼ੱਕੀ ਅੱਤਵਾਦੀ ਅਫਗਾਨ ਮੂਲ ਦੇ ਹਨ ਅਤੇ ਪਸ਼ਤੋ ਭਾਸ਼ਾ 'ਚ ਗੱਲ ਕਰਦੇ ਹਨ। ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਤਿੰਨਾਂ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਨਿਰਦੇਸ਼ ਮਿਲ ਰਹੇ ਹਨ। ਸੂਚਨਾ ਅਨੁਸਾਰ ਇਹ ਅੱਤਵਾਦੀ ਪਾਕਿਸਤਾਨ ਦੇ ਅੱਤਵਾਦੀ ਕੈਂਪ 'ਚ ਟ੍ਰੇਨਡ ਹਨ। ਸਪੈਸ਼ਲ ਸਿਕਿਉਰਿਟੀ ਮੀਟਿੰਗ ਦੇ ਦੌਰਾਨ ਵੀ ਇਸ ਇੰਟੈਲੀਜੈਂਸ ਇਨਪੁਟ 'ਤੇ ਚਰਚਾ ਕੀਤੀ ਗਈ। ਇਸ ਇਨਪੁਟ 'ਤੇ ਲਗਾਤਾਰ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਤੋਂ ਇਲਾਵਾ ਸਾਰੀਆਂ ਜਾਂਚ ਏਜੰਸੀਆਂ ਸਖਤੀ ਨਾਲ ਜਾਂਚ ਪੜਤਾਲ ਕਰ ਰਹੀਆਂ ਹਨ। ਸ਼ੀਆ ਸੈਂਟਰਲ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੂੰ ਅੰਡਰਵਰਲਡ ਡੋਨ ਦਾਊਦ ਇਬਰਾਹਿਮ ਵੱਲੋਂ ਧਮਕੀ ਮਿਲੀ ਹੈ। ਉਹਨਾਂ ਧਮਕੀ ਮਦਰਸਾ ਸਿੱਖਿਆ ਦੀ ਆਲੋਚਨਾ ਕਰਨ ਤੇ ਮਿਲੀ ਹੈ। ਇਸ ਨੂੰ ਲੈ ਕੇ ਰਿਜਵੀ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਰਿਜਵੀ ਨੇ ਦਾਊਦ ਖਿਲਾਫ ਨਾਮਜ਼ਦ ਰਿਪੋਰਟ ਦਰਜ ਕਰਵਾਈ ਹੈ। ਰਿਜਵੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਸ਼ਨੀਵਾਰ ਦੇਰ ਰਾਤ ਉਹਨਾਂ ਨੂੰ ਫੋਨ ਆਇਆ। ਫੋਨ ਕਰਨ ਵਾਲੇ ਅਣਜਾਣ ਵਿਅਕਤੀ ਨੇ ਖੁਦ ਨੂੰ ਡੀ ਕੰਪਨੀ ਦਾ ਆਦਮੀ ਦੱਸਿਆ ਅਤੇ ਭਾਈ ਦੇ ਨਾਮ ਤੇ ਧਮਕੀ ਦਿੱਤੀ। ਰਿਜ਼ਵੀ ਨੇ ਕਿਹਾ ਕਿ ਫੋਨ ਨੇਪਾਲ ਤੋਂ ਆਇਆ ਸੀ। ਉਸ ਵਿਅਕਤੀ ਨੇ ਮਦਰਸੀਆ ਦੇ ਮਾਮਲੇ 'ਚ ਚੱਲ ਰਹੇ ਵਿਵਾਦ ਨੂੰ ਲੈ ਕੇ ਦਾਊਦ ਵੱਲੋਂ ਧਮਕਾਇਆ ਕਿ ਜਲਦੀ ਮੌਲਾਨਾ ਤੋਂ ਉਹ ਮਾਫ਼ੀ ਮੰਗਣ, ਨਹੀਂ ਤਾਂ ਉਹਨਾਂ ਵੱਲੋਂ ਪਰਿਵਾਰ ਨੂੰ ਬੰਬ ਧਮਾਕੇ ਨੂੰ ਉਡਾ ਦਿੱਤਾ ਜਾਵੇਗਾ। ਇੰਟਰਨੈਸ਼ਨਲ ਰੇਟਿੰਗ ਏਜੰਸੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ਵ ਦਾ 3 ਸਭ ਤੋਂ ਹਰਮਨ ਪਿਆਰਾ ਨੇਤਾ ਦੱਸਿਆ ਹੈ। ਜੀ ਹਾਂ, ਗੈਲਪ ਇੰਟਰਨੈਸ਼ਨਲ ਨੇ ਇਹ ਸਰਵੇਖਣ 50 ਦੇਸ਼ਾਂ ਦੇ ਵੱਖ-ਵੱਖ ਲੋਕਾਂ ਤੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਤੇ ਆਧਾਰਿਤ ਕੀਤਾ ਹੈ। ਇਸ ਸਰਵੇਖਣ ਲਈ ਵੱਖ-ਵੱਖ ਦੇਸ਼ਾਂ ਦੇ 53,769 ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਇਹਨਾਂ ਲੋਕਾਂ ਨੇ ਕੋਲੋਂ ਪਸੰਦੀਦਾ ਨੇਤਾ ਬਾਰੇ ਪੁੱਛਿਆ ਗਿਆ ਸੀ। ਗੈਲਪ ਦੇ ਇਸ ਸਰਵੇਖਣ ਤੋਂ ਬਾਅਦ ਮੋਦੀ ਦੁਨੀਆ ਦੇ ਪਹਿਲੇ 3 ਨੇਤਾਵਾਂ 'ਚ ਸ਼ਾਮਲ ਹਨ। ਇਸ ਸਰਵੇਖਣ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਪਹਿਲੇ ਅਤੇ ਜਰਮਨੀ ਦੇ ਚਾਂਸਲਰ ਏਂਜਲਾ ਮਰਕਲ ਨੂੰ ਦੂਸਰੇ ਸਥਾਨ ਤੇ ਦੱਸਿਆ ਗਿਆ ਹੈ। ਏਜੰਸੀ ਨੇ ਮੈਕਰੋਂ ਨੂੰ 21, ਏਂਜਲਾ ਮਰਕਲ ਨੂੰ 20 ਅਤੇ ਪ੍ਰਧਾਨ ਮੰਤਰੀ ਮੋਦੀ ਨੂੰ 8 ਅੰਕ, ਜਦੋਂ ਕਿ 7 ਅੰਕਾਂ ਨਾਲ ਚੌਥੇ ਸਥਾਨ ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ, 6 ਅੰਕਾਂ ਨਾਲ ਚੀਨ ਦੇ ਰਾਸ਼ਟਰਪਤੀ ਜਿਨਪਿੰਗ 5ਵੇਂ ਸਥਾਨ ਤੇ ਦੱਸੇ ਗਏ ਹਨ। ਵੱਖ-ਵੱਖ ਦੇਸ਼ਾਂ 'ਚ ਹੋਏ ਇਸ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਾਕਿਸਤਾਨ ਆਪਣੀ ਗਲਤ ਬਿਆਨਬਾਜ਼ੀ ਤੋਂ ਬਾਜ਼ ਨਹੀਂ ਆ ਰਿਹਾ। ਭਾਰਤੀ ਸੈਨਾ ਮੁਖੀ ਵਿਪਿਨ ਰਾਵਤ ਨੇ ਬਿਆਨ ਨਾਲ ਘਬਰਾਏ ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਪਰਮਾਣੂ ਹਮਲੇ ਦੀ ਧਮਕੀ ਦੇ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇ ਭਾਰਤ ਨੂੰ ਲੱਗਦਾ ਹੈ ਕਿ ਪਾਕਿਸਤਾਨ ਉਸਨੂੰ ਸਿਰਫ ਪਰਮਾਣੂ ਹਮਲੇ ਦੀ ਧਮਕੀ ਦੇ ਰਿਹਾ ਹੈ ਤਾਂ ਅਜਮਾ ਕੇ ਦੇਖ ਲਵੇ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਪਾਕਿਸਤਾਨ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਸਤੰਬਰ 2016 ਵਿੱਚ ਵੀ ਖਵਾਜਾ ਆਸਿਫ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਸੀ। ਉਸ ਸਮੇਂ ਖਵਾਜਾ ਆਸਿਫ ਪਾਕਿਸਤਾਨ ਦੇ ਰੱਖਿਆ ਮੰਤਰੀ ਸਨ। ਇਸ ਤੇ ਅਮਰੀਕਾ ਸਮੇਤ ਦੁਨੀਆ ਭਰ ਦੇ ਦੇਸ਼ਾਂ ਨੇ ਪਾਕਿਸਤਾਨ ਨੂੰ ਜੰਮ ਕੇ ਲਤਾੜਿਆ ਸੀ। ਹਾਲਾਂਕਿ ਉਹ ਹੁਣ ਵੀ ਆਪਣੇ ਨਾਪਾਕ ਕਾਰਨਾਮਿਆਂ ਤੋਂ ਬਾਜ਼ ਨਹੀਂ ਆ ਰਿਹਾ। ਸ਼ਨੀਵਾਰ ਨੂੰ ਪਾਕਿਸਤਾਨ ਵਿਦੇਸ਼ ਮੰਤਰੀ ਆਸਿਫ ਨੇ ਟਵੀਟ ਕੀਤਾ, ਭਾਰਤੀ ਸੈਨਾ ਮੁਖੀ ਦਾ ਬਿਆਨ ਬਹੁਤ ਗੈਰ ਜ਼ਿੰਮੇਵਾਰ ਹੈ। ਇਹ ਪਰਮਾਣੂ ਹਮਲੇ ਨੂੰ ਸੱਦਾ ਦੇਣ ਵਾਲਾ ਹੈ। ਜੇ ਜਨਰਲ ਰਾਵਤ ਵੀ ਇੱਛਾ ਹੋਵੇ ਤਾਂ ਉਹ ਸਾਡੇ ਸੰਕਲਪ ਨੂੰ ਅਜਮਾ ਸਕਦੇ ਹਨ। ਉਹਨਾਂ ਦਾ ਸ਼ੱਕ ਦੂਰ ਹੋ ਜਾਵੇਗਾ, ਇਨਸ਼ਾ ਅੱਲਾ। ਵੈਸ਼ਨੋ ਦੇਵੀ ਭਵਨ 'ਚ 14 ਜਨਵਰੀ ਯਾਨੀ ਕਿ ਅੱਜ ਕੁਦਰਤੀ ਗੁਫਾ ਦੇ ਗੇਟ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਬੋਰਡ ਦੇ ਉੱਚ ਅਧਿਕਾਰੀਆਂ ਅਨੁਸਾਰ ਪੁਰਾਣੀ ਗੁਫਾ ਨੂੰ ਖੋਲ੍ਹਣ ਲਈ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ। ਅੱਜ ਆਰਤੀ ਮਗਰੋਂ ਸ਼ਰਧਾਲੂਆਂ ਦੀ ਘੱਟ ਆਮਦ ਕਾਰਨ ਪੁਰਾਣੀ ਗੁਫਾ ਖੁੱਲ੍ਹ ਜਾਵੇਗੀ। ਪੁਰਾਣੀ ਗੁਫਾ ਨੂੰ ਹਰ ਸਾਲ ਜਨਵਰੀ ਮਹੀਨੇ 'ਚ ਸ਼ਰਧਾਲੂਆਂ ਦੇ ਕੱਟਣ ਦੌਰਾਨ ਹੀ ਖੋਲ੍ਹਿਆ ਜਾਂਦਾ ਹੈ।
ਜੇਕਰ ਸ਼ਰਧਾਲੂ ਵੱਧ ਜਾਂਦੇ ਹਨ ਤਾਂ ਪੁਰਾਣੀ ਗੁਫਾ ਨੂੰ ਬੰਦ ਕਰਕੇ ਨਵੀਂ ਗੁਫਾ ਰਾਹੀਂ ਸ਼ਰਧਾਲੂਆਂ ਨੂੰ ਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਅੱਜ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਆਪਣੇ ਸੋੜੇ ਸਿਆਸੀ ਹਿੱਤਾਂ ਨੂੰ ਬੜਾਵਾ ਦੇਣ ਪਾਤਰ ਅਤੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਕਰਜ਼ਾ ਮੁਆਫੀ ਦੇ ਮੁੱਦੇ ਨੂੰ ਲੈ ਕੇ ਬੇਲੋੜਾ ਗੱਲ ਕਰ ਰਹੇ ਹਨ। ਉਹਨਾਂ ਅੱਜ ਇੱਥੇ ਜਾਰੀ ਬਿਆਨ 'ਚ ਅਕਾਲੀ ਆਗੂਆਂ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਗਲਤ ਨੀਤੀਆਂ ਲਾਗੂ ਕਰਕੇ ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਵਿੱਚ ਧੱਕਿਆ ਸੀ। ਬਿਆਨ ਦੀ ਜ਼ਿਕਰਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਭਾਜਪਾ ਨਾਲ ਮਿਲ ਕੇ ਬੀਤੀ ਦਿਨੀ ਰਾਜਪਾਲ ਨੂੰ ਦਿੱਤੇ ਗਏ ਮੰਗ ਪੱਤਰ 'ਚ 90,000 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਪੈਕੇਜ ਦੀ ਮੰਗ ਨੂੰ ਰੱਦ ਕਰਦਿਆਂ ਰਾਜ ਦੀਆਂ ਵਿੱਤੀ ਹਾਲਤਾਂ ਦੇ ਮੱਦੇਨਜ਼ਰ ਮੁਕੰਮਲ ਕਰਜ਼ਾ ਮੁਆਫੀ ਤੋਂ ਆਪਣੀ ਅਸਮਰਥਾ ਜਤਾਈ ਹੈ। ਚੌਗਿਰਦਾ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਹਵਾ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਅਸੀਂ ਖੁਦ ਜ਼ਿੰਮੇਵਾਰ ਹਾਂ। ਚੌਗਿਰਦਾ ਵਿਭਾਗ ਤੋਂ ਇਲਾਵਾ ਨੈਸ਼ਨਲ ਇਨਵਾਇਰਮੈਂਟ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਮੁਤਾਬਕ 70% ਹਵਾ ਪ੍ਰਦੂਸ਼ਣ ਮਨੁੱਖ ਵੱਲੋਂ ਪੈਦਾ ਕੀਤੇ ਜਾਂਦੇ ਕਾਰਨਾਂ ਕਰਕੇ ਹੈ। ਇਹ ਵੀ ਸੱਚਾਈ ਹੈ ਕਿ ਬਾਹਰੀ ਪ੍ਰਦੂਸ਼ਣ ਕਾਰਨ ਵਧੇਰੇ ਉਹਨਾਂ ਘਰਾਂ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਮਾਤਰਾ ਵੱਧ ਹੈ ਜਿੱਥੇ ਖਾਣਾ ਪਕਾਉਣ ਲਈ ਲੱਕੜ ਅਤੇ ਪਾਥੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹਵਾ ਦੇ ਪ੍ਰਦੂਸ਼ਣ ਸੰਬੰਧੀ ਜਾਰੀ ਇੱਕ ਰਿਪੋਰਟ ਮੁਤਾਬਕ ਘਰਾਂ ਵਿੱਚ ਚੁੱਲ੍ਹਿਆਂ ਤੋਂ ਨਿਕਲਣ ਵਾਲਾ ਧੂੰਆਂ ਸਿਗਰਟ ਦੇ ਧੂੰਏ ਨਾਲੋਂ 3 ਗੁਣਾ ਵੱਧ ਖਤਰਨਾਕ ਹੈ। ਜੇ ਹਵਾ ਵਿੱਚ ਇਹਨਾਂ ਸੋਮਿਆਂ ਨੂੰ ਖਤਮ ਜਾਂ ਕੰਟਰੋਲ ਨਾ ਕੀਤਾ ਗਿਆ ਤਾਂ 3 ਦਹਾਕਿਆਂ ਵਿੱਚ ਇਹ ਖਤਰਾ 1.5 ਗੁਣਾ ਹੋਰ ਵੱਧ ਜਾਵੇਗਾ। ਸੋ ਇਹ ਸੀ ਅੱਜ ਦੀਆਂ ਮੁੱਖ ਅਤੇ ਤਾਜ਼ੀਆਂ ਖਬਰਾਂ। ਕੱਲ੍ਹ ਇਸ ਵੇਲੇ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਮੁੱਖ ਅਤੇ ਤਾਜ਼ੀਆਂ ਖਬਰਾਂ ਲੈ ਕੇ। ਤਦ ਤੱਕ ਲਈ ਦਿਓ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ। ਗੁਰੂਆਂ ਦੀ ਬਾਣੀ ਤੇ 5 ਦਰਿਆਵਾਂ ਦਾ ਪਾਣੀ, ਨੱਚਦੇ ਗਾਉਂਦੇ ਗੱਭਰੂ ਤੇ ਮੁਟਿਆਰਾਂ, ਲਹਿਲਹਾਉਂਦੀਆਂ ਫਸਲਾਂ, ਵਿਸਾਖੀ ਤੇ ਲੋਹੜੀ ਦੇ ਤਿਉਹਾਰ ਤੇ ਤੀਆਂ ਤੇ ਮੁਟਿਆਰਾਂ ਦਾ ਜੁੜਨਾ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਫੁਲਕਾਰੀ ਦਾ ਚਾਨਣ ਤੇ ਚਰਖੇ ਦੀ ਤੰਦ ਯਾਦ ਦਿਲਾਉਂਦੀ ਹੈ ਸਾਨੂੰ ਸਾਡੇ ਅਮੀਰ ਵਿਰਸੇ ਦੀ। ਤੇ ਇਸੇ ਵਿਰਸੇ ਨੂੰ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਤੁਹਾਡਾ ਆਪਣਾ ਡਿਜੀਟਲ ਚੈਨਲ ਆਪਣਾ ਵਿਰਸਾ। ਦੇਖਣਾ ਨਾ ਭੁੱਲੋ ਆਪਣੇ ਐਂਡਰਾਇਡ ਅਤੇ ਐਪਲ ਫੋਨ 'ਤੇ ਤੁਹਾਡਾ ਆਪਣਾ ਚੈਨਲ ਆਪਣਾ ਵਿਰਸਾ।